ਗੁਰੈਣ ਦੇ ਨਾਲ ਲੱਗਦੇ ਪਿੰਡ ਕਾਨਾ ਢੇਸੀਆਂ 'ਚ ਬੀਤੇ ਦਿਨੀ ਚੱਲੀ ਤੇਜ਼ ਹਨੇਰੀ ਕਾਰਨ ਹਵੇਲੀ ਅੰਦਰ ਪਈ ਤੂੜੀ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਟੀਮ ਅਤੇ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਕਾਫ਼ੀ ਮੁਸ਼ਕਲ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ, ਤਰਸੇਮ ਸਿੰਘ, ਬਲਾਕ ਸੰਮਤੀ ਮੈਂਬਰ ਅਤੇ ਲਖਵੀਰ ਸਿੰਘ ਨੇ ਦੱਸਿਆ ਕਿ ਸਾਡੇ ਖੂਹ ਲਾਗੇ ਨਹਿਰ ਦੇ ਕਿਨਾਰੇ ਅਤੇ ਨਾਲ ਲੱਗਦੇ ਖੂਹ ਵਾਲੇ ਮੁੰਡੇ ਨੇ ਅੱਗ ਲਗਾਈ ਹੋਈ ਸੀ, ਜਿਸ ਤੋਂ ਬਾਅਦ ਹਨੇਰੀ ਆਉਣ ਕਾਰਨ ਉਹ ਅੱਗ ਉਹਨਾਂ ਦੀ ਸ਼ੈੱਡ ਵਿੱਚ ਆ ਵੜੀ, ਜਿਸ ਤੋਂ ਬਾਅਦ ਤੂੜੀ ਨੂੰ ਭਿਆਨਕ ਅੱਗ ਲੱਗ ਗਈ। ਉਹਨਾਂ ਕਿਹਾ ਕਿ ਉਹਨਾਂ ਦੇ ਟਰੈਕਟਰ ਅਤੇ ਪਸ਼ੂ ਵੀ ਉੱਥੇ ਹੀ ਬੰਨੇ ਹੋਏ ਸਨ, ਪਰ ਕਿਸੇ ਵੀ ਜਾਨੀ ਨੁਕਸਾਨ ਦਾ ਬਚਾ ਰਿਹਾ। ਉਹਨਾਂ ਕਿਹਾ ਕਿ ਉਹਨਾਂ ਦੀਆਂ 70 ਦੇ ਕਰੀਬ ਤੂੜੀ ਦੀਆਂ ਟਰਾਲੀਆਂ ਸਨ, ਜਿਸ ਕਾਰਨ ਉਹਨਾਂ ਦਾ 8 ਤੋਂ 9 ਲੱਖ ਦਾ ਨੁਕਸਾਨ ਹੋਇਆ ਹੈ। ਅਮਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਸ ਨੇ ਅੱਗ ਲਗਾਈ ਹੈ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਉਹਨਾਂ ਨੂੰ ਬਣਦਾ ਮੁਆਵਜ਼ਾ ਦਿਵਾਇਆ ਜਾਵੇ। ਅਮਰਜੀਤ ਸਿੰਘ ਜੀ, ਸਨ ਆਫ ਸੋਹਣ ਸਿੰਘ, ਪਿੰਡ ਕਾਨਾ ਢੇਸੀਆਂ ਜੀ। ਮਾਮਲਾ ਜੀ, ਸਾਡੇ ਸ਼ੈੱਡ ਤੂੜੀ ਦੀ ਭਰੀ ਹੋਈ ਸੀਗੀ। ਸਾਡੇ ਲਾਗੇ ਸਾਡਾ ਗੁਆਂਢੀ ਸੀਗਾ ਜੱਸਾ ਜੀ ਮੁੰਡਾ, ਉਹਨੇ ਨਹਿਰ 'ਤੇ ਅੱਗ ਲਾਈ ਹੋਈ ਸੀਗੀ, ਜੋ ਕਿ ਹਨੇਰੀ ਆਉਣ ਦੇ ਕਾਰਨ ਸਾਡੀ ਸ਼ੈੱਡ ਦੇ ਵਿੱਚ ਅੱਗ ਆ ਵੜੀ ਅਤੇ ਸਾਡੀ ਸ਼ੈੱਡ ਜਿਹੜੀ ਸਾਰੀ ਤੂੜੀ ਦੀ ਲੂਹ ਹੋ ਗਈ। 70 ਟਰੇਲੀਆਂ ਸਾਡੀਆਂ ਤੂੜੀ ਦੀਆਂ ਸੀਗੀਆਂ ਜੀ, ਸਾਰਾ ਸਾਡੇ ਸ਼ੈੱਡ ਦਾ ਨੁਕਸਾਨ ਹੋ ਗਿਆ। ਸਾਡੀ ਸ਼ੈੱਡ ਜਿਹੜੀਆਂ ਕੰਧਾਂ ਵੀ, ਉਹ ਵੀ ਸਾਰੀਆਂ ਪਾਟ ਗਈਆਂ ਜੀ। ਨੁਕਸਾਨ ਸਾਡੇ 70 ਟਰੇਲੀਆਂ ਤੂੜੀ ਦੀਆਂ ਸੀਗੀਆਂ ਜੀ, ਸਾਡੇ 8-9 ਲੱਖ ਦਾ ਨੁਕਸਾਨ ਹੋਇਆ ਜੀ। ਇਹ ਪਰਸੋਂ ਸ਼ਾਮ 7 ਵਜੇ ਦੀ ਗੱਲ ਹੈ ਜੀ, ਜਿੱਦਾਂ ਹਨੇਰੀ ਆਈ ਹੈ। ਦੇਖੋ ਜੀ, ਉਹ ਇਹਦੀ ਗਲਤੀ ਕਰਕੇ ਹੀ ਆਪਾਂ ਕਹਿੰਦੇ ਹਾਂ, ਉਹ ਉਹਨੂੰ ਬਣਦਾ ਜੋ ਵੀ ਹੈ ਸਜ਼ਾ ਹੋਣੀ ਚਾਹੀਦੀ ਆ, ਜਾਂ ਸਾਨੂੰ ਉਹ ਆਪਣਾ ਮੁਆਵਜ਼ਾ ਦੇਵੇ, ਜਾਂ ਸਾਡੀ ਉਹ ਰਿਪੇਅਰ ਕਰਾ ਕੇ ਦੇਵੇ। ਇਹਨੇ ਨਹਿਰ ਦੇ ਉੱਤੇ ਜੋ ਵੀ ਜਿਹੜਾ ਪੱਤ ਪਰਾਲ ਸੀ ਉਹਨੂੰ ਅੱਗ ਲਾਈ ਸੀਗੀ ਜੀ। ਹਾਂ, ਹਨੇਰੀ ਦੇ ਨਾਲ ਲੱਗੀ। ਸਾਡੇ ਬਜ਼ੁਰਗ ਵੀ ਸੀਗਾ, ਜਿੱਦਾਂ ਸਾਡੇ ਚਾਚਾ ਮੇਰਾ ਆ, ਉਹਦੇ ਵੀ ਸਿਰ ਦੇ ਵਿੱਚ ਜਿਹੜੇ ਫਲੂਹੇ ਪੈ ਕੇ ਤਾਂ ਸਿਰ ਦੇ ਕੱਪੇ ਸਿਰ ਲੂ ਹੋ ਗਿਆ ਜੀ। ਸੰਦ ਸਵੱਈਆ ਜਿੰਨਾ ਸਾਡਾ ਟਰੈਕਟਰ ਟਰੇਲੀਆਂ ਜੋ ਵੀ ਸਾਰੇ ਸ਼ੈੱਡ ਦੇ ਵਿੱਚ ਖੜੇ ਸੀਗੇ, ਉਹ ਅਸੀਂ ਜਾਣੀ ਜਿੱਦਾਂ ਸੇਖ ਦੇ ਵਿੱਚ ਅੱਗ ਬਲਦੀ ਜੀ ਅਸੀਂ ਬਚਾਏ ਹਾਂ ਜੀ। ਹਾਂ, ਕੰਪਲੇਂਟ ਦਿੱਤੀ ਹੈ ਜੀ, ਤਾਂ ਚੌਂਕੀ ਵਾਲੇ ਦੇ ਕੇ ਮੌਕਾ ਦੇ ਗਏ ਸੀਗੇ, SHO ਨੂੰ ਦਿੱਤੀ ਸੀਗੀ, ਪਰ ਕੋਈ ਨਹੀਂ ਗੱਲਬਾਤ ਹੋਈ ਜੀ। ਮੈਂ ਤਰਸੇਮ ਸਿੰਘ, ਬਲਾਕ ਸੰਮਤੀ ਮੈਂਬਰ, ਘੰਟੇ ਸਿਆਂ ਕਰਨਾ। ਮੈਂ ਪ੍ਰਸ਼ਾਸਨ ਨੂੰ ਅਪੀਲ ਬੇਨਤੀ ਕਰ ਰਿਹਾ ਕਿ ਅਮਰਜੀਤ ਸਿੰਘ ਦਾ ਜਿੰਨਾ ਨੁਕਸਾਨ ਹੋਇਆ ਭਰਪਾਈ ਕੀਤੀ ਜਾਵੇ, ਜਿਹੜਾ ਦੋਸ਼ੀ ਹੈ ਉਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਜਾਂ ਰਿਪੇਅਰ ਕਰਾਵੇ। ਅਤੇ ਉਹ ਇਹਨਾਂ ਕੋਲ ਆ ਕੇ ਮਿਹਨਤ ਵਾਲੇ ਬੰਦਾ ਕਰ ਲੈਂਦਾ, ਉਹ ਇਹਨਾਂ ਕੋਲ ਹਾਲੇ ਤੱਕ ਨਹੀਂ ਆਇਆ, ਨਾ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਆ। ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਬੰਦੇ ਨੂੰ ਇਨਸਾਫ਼ ਦਿਵਾਏ। ਪ੍ਰਸ਼ਾਸਨ ਜੀ ਗੱਲਾਂ ਬਾਤਾਂ ਕਰੀ ਜਾਂਦਾ, ਕੋਈ ਕਾਰਵਾਈ ਨਹੀਂ ਹੋ ਰਹੀ ਕਿਸੇ 'ਤੇ ਵੀ। ਆਹ 3 ਦਿਨ ਹੋ ਗਏ ਰਿਪੋਰਟ ਦਿੱਤੀ ਨੂੰ ਵੀ, ਹਾਲੇ ਤਾਂ ਕੋਈ ਕਾਰਵਾਈ ਨਹੀਂ, ਸਭ ਲੂ ਹੋ ਗਿਆ। ਜੇ ਪਿੰਡ ਵਾਸੀ ਨਾ ਸਹਿਯੋਗ ਦਿੰਦੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀ। ਅਤੇ ਅਗਲੇ ਸ਼ੈੱਡ ਨੂੰ ਵੀ ਤਾੜੀ ਤੂੜੀ ਲੂ ਹੋਈ ਆ, ਬਾਕੀ ਸਭ ਸੰਦ ਫਿਰ ਸਾਰਾ ਕੁਝ ਬਾਹਰ ਕੱਢਿਆ, ਆਲੇ ਦੁਆਲੇ ਪਿੰਡਾਂ ਦੇ ਇਕੱਠੇ ਹੋ ਕੇ ਬੰਦਿਆਂ ਨੇ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਔਖੇ ਵੇਲੇ ਖੜ ਗਏ ਨਾਲ ਸਾਡੇ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।